ਬਿਨ ਪਾਗਾ ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਬਿਨ ਪਾਗਾ ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਬਿਨ ਸੰਗਤ ਮੈਂ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਸਤ ਸੰਗ ਨਾ ਲਬੈ, ਮਿਲੋ
ਹਰ ਜਨ ਸੰਤ ਮਿਲਾ ਮੇਰੇ ਭਾਵੀ ਪਣਾ ਹਰ ਜਨ ਮੇਰਾ ਹਰ ਤਨ ਦੱਸਾ ਮੈਂ ਭੁੱਖ ਲਗਾਈ ਮੇਰਾ ਮੇਰਾ ਹਰ ਸ਼ਰਧਾ ਪੂਰ ਜਗ ਜੀਵਨ ਦਾਤੇ ਮੇਰੀ ਸ਼ਰਧਾ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਹੀ ਜੀਓ ਹਰ ਦਰਸ਼ਨ ਹੀ ਜੀਓ ਬਿਨ ਸਤਸੰਗ ਨਾ ਲੱਭੇ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਹਰੀ ਜੈ ਜੀਓ ਬਿਨ ਸੰਗਤ ਮੈਲ ਹਰੀ ਜੈ ਜੀਓ ਬਿਨ ਪਾਗਾ ਸਤਸੰਗ ਨਾ ਲੱਭੇ ਸਤਸੰਗ ਨਾ ਲੱਭੇ ਸਤਸੰਗ ਨਾ ਲੱਭੇ ਸਤਸੰਗ ਨਾ ਲੱਭੇ ਮਿਲ ਸਤਸੰਗ
ਲੱਭੇ ਸਤ ਸੰਗ ਨਾ ਲੱਭੇ ਸਤ ਸੰਗ ਨਾ ਲੱਭੇ ਸ਼ਰਧਾ
ਸੰਗਤਾਂ ਦੇ ਹੁਕਮ ਅਨੁਸਾਰ ਇਹ ਸ਼ਬਦ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰ ਦੇਣੀ ਹੈ, ਕਿਉਂਕਿ ਅੰਮ੍ਰਿਤ ਵੇਲੇ ਜਿਵੇਂ ਸੈਕਟਰੀ ਸਾਹਿਬ ਹੋਰਾਂ ਵੀ ਅਨਾਊਂਸ ਕੀਤਾ ਹੈ, ਤਾਂ ਮੈਂ ਵੀ ਆਪ ਜੀ ਨੂੰ ਬੇਨਤੀ ਕਰਦਾ ਕਿ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਉਹ ਵੀ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਕਰਨਾ ਹੈ। 6:30 ਤੋਂ ਤਕਰੀਬਨ 9:15 ਤੱਕ ਕੀਰਤਨ ਦੀ ਹਾਜ਼ਰੀ ਹੈ। ਆਸਾ ਕੀ ਵਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਾਵਨ ਬਾਣੀ ਦਾ ਕੀਰਤਨ ਕਰਕੇ ਗੁਰੂ ਕੀਆਂ ਖੁਸ਼ੀਆਂ ਲੈਣੀਆਂ ਨੇ। ਸੋ ਉੱਥੇ ਨਾਲ ਨਾਲ ਬੇਨਤੀ ਕਰਾਂ, ਜੋ ਆਪ ਜੀ ਦਾ ਹੁਕਮ ਹੈ ਇਹ ਸ਼ਬਦ ਪੜ੍ਹਨ ਵਾਸਤੇ, ਇਹ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਨੀ ਹੈ। ਅਤੇ ਜਿੱਥੇ ਆਪ ਨੇ ਗੁਰੂ ਕੇ ਕੀਰਤਨ ਦੀ ਸੇਵਾ, ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ, ਆਪ ਸੰਗਤਾਂ ਦੀ ਕਿਰਪਾ ਸਦਕਾ ਗੁਰੂ ਰਾਮਦਾਸ ਸਾਹਿਬ ਜੀ ਦੇ ਤਰਸ ਕਰਕੇ ਬਖਸ਼ੀ ਹੈ, ਉੱਥੇ ਨਾਲ ਨਾਲ ਜਿਵੇਂ ਆਪ ਜੀ ਨੂੰ ਪਤਾ ਹੈ ਬੱਚਿਆਂ ਦੀ ਸੇਵਾ ਵਾਸਤੇ ਵੀ ਸਤਿਗੁਰੂ ਨੇ ਕਿਰਪਾ ਕੀਤੀ ਹੈ, ਨੇਤਰਹੀਣ ਬੱਚਿਆਂ ਵਾਸਤੇ ਔਰ ਅਨਾਥ ਬੱਚਿਆਂ ਦਾ ਜੋ ਉਪਰਾਲਾ ਪਟਿਆਲਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ ਜੋ ਬੱਚਿਆਂ ਵਾਸਤੇ ਆਰੰਭ ਕੀਤੀ ਹੋਈ ਹੈ, ਇਸ ਵੇਲੇ ਇਸ ਅਕੈਡਮੀ ਵਿੱਚ 100 ਤੋਂ ਵੱਧ ਬੱਚੇ ਵਿੱਦਿਆ ਪ੍ਰਾਪਤ ਕਰਦੇ ਨੇ, ਜਿਨ੍ਹਾਂ ਵਿੱਚ ਨੇਤਰਹੀਣ ਬੱਚੇ ਵੀ ਨੇ ਔਰ ਉਹ ਅਨਾਥ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਨੇ, ਗਰੀਬ ਪਰਿਵਾਰਾਂ ਦੇ ਬੱਚੇ ਨੇ। ਸੋ ਐਸੇ ਬੱਚਿਆਂ ਨੂੰ ਉੱਥੇ ਰੱਖ ਕੇ ਉਹਨਾਂ ਦਾ ਪਾਲਣ ਪੋਸ਼ਣ, ਉਹਨਾਂ ਦੀ ਪੜ੍ਹਾਈ ਲਿਖਾਈ, ਕੀਰਤਨ ਦੀ ਸਿਖਲਾਈ, ਗੁਰੂ ਕੀ ਬਾਣੀ ਦੀ ਸੰਥਿਆ ਇਹਨਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਇਹ ਬਿਲਕੁਲ ਨਿਸ਼ਕਾਮ ਹੈ, ਆਪ ਸੰਗਤਾਂ ਦੀ ਸੇਵਾ ਦੇ ਨਾਲ
ਇਹ ਬੱਚੇ ਪੜ੍ਹਦੇ ਨੇ। ਸੋ ਇਹਨਾਂ ਵਾਸਤੇ ਵੀ ਬੇਨਤੀ ਹੈ, ਆਪ ਨੇ ਜ਼ਰੂਰ ਇਹਨਾਂ ਬੱਚਿਆਂ ਦੀ ਸੇਵਾ ਵਿੱਚ ਹਿੱਸਾ ਪਾਉਣਾ। ਔਰ ਜਿਨ੍ਹਾਂ ਨੇ ਕੋਈ ਰਸੀਦ ਪ੍ਰਾਪਤ ਕਰਨੀ ਹੋਵੇ ਉਹ ਵੀ ਦਾਸਾਂ ਪਾਸੋਂ ਆਪ ਰਸੀਦ ਪ੍ਰਾਪਤ ਕਰ ਸਕਦੇ ਹੋ। ਔਰ ਜਿਨ੍ਹਾਂ ਨੇ ਅਕਾਊਂਟ ਵਿੱਚ ਸੇਵਾ ਕਰਨੀ ਹੈ ਉਹ ਅਕੈਡਮੀ ਉਸਨਾਂ ਬੱਚਿਆਂ ਦੀ ਸੇਵਾ ਵਾਸਤੇ ਅਕਾਊਂਟ ਨੰਬਰ ਵੀ ਦਾਸਾਂ ਪਾਸੋਂ ਆਪ ਨੇ ਪ੍ਰਾਪਤ ਕਰ ਲੈਣਾ। ਸੋ ਇਹ ਬੇਨਤੀ ਹੈ, ਸੇਵਾ ਭਾਵੇਂ 10 ਰੁਪਈਏ ਸੇਵਾ ਕਰਨੀ ਹੈ ਇਹਨਾਂ ਬੱਚਿਆਂ ਦੀ, ਪਰ ਆਪ ਜੀ ਦਾ ਇੱਕ ਇੱਕ ਦਿੱਤਾ ਹੋਇਆ ਪੈਸਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਣਾ ਸਕਦਾ ਹੈ। ਇਹਨਾਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਕੇ ਕਿਸੇ ਮੁਕਾਮ ਤੱਕ ਪਹੁੰਚ ਸਕਦੇ ਨੇ। ਸੋ ਆਓ, ਇਹ ਯਤਨ ਕੀਤਾ ਹੋਇਆ, ਔਰ ਯਤਨ ਤਾਂ ਹੀ ਹੋ ਸਕਦਾ ਜੇ ਆਪ ਸੰਗਤਾਂ ਦੇ ਸਹਿਯੋਗ ਅਨੁਸਾਰ। ਸੋ ਆਓ ਇਹ ਸ਼ਬਦ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰੀਏ। ਅੰਮ੍ਰਿਤ ਵੇਲੇ ਫਿਰ ਆਸਾ ਕੀ ਵਾਰ ਦੇ ਕੀਰਤਨ ਦੇ ਨਾਲ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲੈ ਸਤਿਗੁਰ ਪਿਆਰਾ ਮੇਰੇ ਨਾਲ ਹੈ।
ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚੇ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਦੇ ਉਪਰਾਲਿਆਂ ਨਾਲ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੋਏ ਔਰ ਸਵੇਰੇ ਅੰਮ੍ਰਿਤ ਵੇਲੇ ਕੀਆਂ ਹਾਜ਼ਰੀਆਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਭਰਨੀਆਂ ਨੇ 6:30 ਤੋਂ 8:45